एक गल समझ नहीं आती हैगी कणक किवें डुली पई आ ढोल थले। चल की पता मेरे तो ही हो गया वे, परसों में पीना कीता सी चूइया चाइया ने कटती हो होर केड़ा हो मिस्टर इंडिया भी गेट विच दी तो उस गया अंदर। चल इन्हे नूं अद्धा घंटा आराम कर दी देख दी किधर वग गया वो है। गया भाई करे कोई बे आ जा भाई लंघिया केड़ा आ हुण पता नहीं केड़ा आ गया मैनूं तां दोकड़ी आराम भी नहीं करन दिंदा कोई। बे आ जा इत्थे लंघे अगे आ जा। ए कौन आना माजिया हुण तक तां कदे देखिया नहीं पहला। बे आ जा लंघिया भाई है गया जी भाई करे। बे केड़ा भाई नाले तू दस मैनूं कौन अज तक तां देखिया नहीं कदे तैनूं। पहला जी मैनूं तुसीं दसो वी तुसीं कौन हो। अच्छा मेरे ही घरे खड़के तू मैनूं पुछदा वी हैगी कौन आ। ना मैनू एक गल सुई जो आप कई बार बाहर जाने घर तो सारे जिंदे थोड़ू लग जाया करते ने। ना मैनू ऐ दस वे चाहे मैं एक जिंदा ला के जावा चाहे सारे घर नू जिंदा लावा तू कौन हुन्ना पुछण वाला। मैं ता जी सानू ऐ कहना जदों तुसी आसे पासे जाने हो किसी रिश्तेदारी च जाने हो कम से कम रसोई दा जिंदा दा खुला रख जा करो पिछो थोड़े घर आले भुखे मरी जांदे ने। ना मेरी गल सुन वे तू बुझाता जी ना पास सीधा हो के दस गल की आ। गल ता की होनी है जी थोड़े घर आले ने मेथों कमरे का जिंदा खलवाया थी कहना मैनू भुख लग रही है मैं रोटी खानी है कहना मैं तो 100 रुपया लैन आए जी मैनू कहना घंटे के तक ले जी। अच्छा 100 रुपया लैन आया लिया हुई ठीक है। बे रुट जाने आ वो तो हैगा ही अमली आ सिरे दा कंजरा तू ही कणक पकाई है साडी फिर मैं नहीं कणक पकाई जी मैं तो अगे पैसे लैन आया सी मैं तो जाना ਭੈਣ ਕਢਾਵੇ 100 ਰੁਪਇਆ ਇਹਦਾ ਜਨਾਨੀਆਂ ਬਹੁਤ ਤੇਜ਼ ਚੱਕੀ ਫਿਰਦਾ ਹੈ ਤਾਂ ਜਿਗਰਾ ਉਹਦਾ ਜਿਹੜਾ ਰੱਖੀ ਫਿਰਦਾ ਉਹ ਮੇਰੇ ਤਾਂ ਪੂੜੇ ਸੇਕ ਦਿੱਤੇ ਗੇ। ਓਹੋ ਕੰਜਰ ਨਾ ਹੋਵੇ ਮੈਂ ਸੋਚੀ ਜਾਂਦੀ ਹਾਂ ਕਿਤੇ ਮੈਂ ਹੀ ਕੱਟ ਡੋਲ ਕੇ ਭੁੱਲ ਗਈ ਆਉਂ ਜਾ ਉਹ ਚੁੱਲ੍ਹੇ 'ਚ ਪੈਰ ਨੂੰ ਲੱਤ ਤੇ ਲੱਤ ਧਰ ਕੇ ਪਾੜੂ ਮੇਰੇ ਬਾਪ ਦੇ ਸਾਰੇ ਨੂੰ। ਐ ਜੁੱਜੂ ਓ ਭਾਈ ਜੁੱਜੂ ਕਿੱਥੇ ਦਿਖਦੀ ਨਹੀਂ ਹੈਗਾ ਕਿੱਧਰ ਮੈਂ ਗਿਆ। ਲਾਲਾ ਜੀ ਆਜੋ ਲਾਲਾ ਜੀ ਲੰਘਿਆ ਉਹ ਤਾਂ ਹੈ ਨਹੀਂ ਘਰੇ। ਲੈ ਮੈਂ ਲੁੱਟੀ ਤੇ ਕੀ ਕਲਾਣੇ ਬਲਜਾਈ ਪੈਸੇ ਤਾਂ ਤੂੰ ਜੇ ਦੇਂਗੀ ਤੇਰੇ ਲਈ ਵੀ ਆ ਜਾ ਫਿਰ। ਆ ਗਿਆ ਬਲਜਾਈ ਆ ਗਿਆ। ਹਾਲੋ ਬਹਿ ਜਾ ਬਹਿ ਤਾਂ ਜਾਣਾ ਮੈਂ ਬੋਲੇ ਹੋਰ ਬਲਜਾਈ ਇਹ ਨੱਚ ਤੇਰੀ ਸਿਹਤ ਠੀਕ ਲੈਂਦੀ ਹੈ। ਲੈ ਲਾਲਾ ਜੀ ਮੈਂ ਤਾਂ ਜਮਾ ਹੀ ਠੀਕ ਆ ਮੈਨੂੰ ਕੀ ਹੋਇਆ ਰੱਬ ਦੀ ਕਿਰਪਾ ਨਾ ਮੇਰਾ ਨਹੀਂ ਦੁਖਿਆ ਕਦੇ ਕੁਛ। ਲੈ ਦੇਖ ਲੈ ਲੁੱਦੂ ਤਾਂ ਮੇਰੀ ਦੁਕਾਨ ਤੇ ਗਿਆ ਤੇ ਐਂ ਕਹਿੰਦਾ ਤੂੰ ਤੇਰੀ ਭਲਜਾਈ ਦੇ ਦਰਦ ਹੋ ਲੈ ਪਤਲੀ ਦਾ ਪਲੇਸ਼ਨ ਹੋਊਗਾ 10,000 ਰੁਪਏ ਲੈ ਆਈ ਦੀ ਬਲਕੇ ਮੈਥੋਂ। ਇਹ ਤਾਂ ਰੁੜ ਜਾਣੇ ਨੇ ਮੈਂ ਤਾਂ ਜੁੱਤੀਆਂ ਖਾਰੀਆਂ ਨੇ ਮੈਨੂੰ ਚੰਗੀ ਭਲੀ ਨੂੰ ਹੀ ਬਿਮਾਰ ਕਰੀ ਜਾਂਦਾ ਮੈਂ ਤਾਂ ਕਦੇ ਹੋਈ ਨਹੀਂ ਬਿਮਾਰ ਹੋਈ। ਦੇਖ ਲੈ ਭਲਜਾਈ ਕਿੱਥੇ ਤੇਲ ਐ ਸਭੋ ਤੇਰੇ ਮਲੰਗ ਮੱਥੇ ਲੱਗ ਗਏ ਜਮੀ। ਚਲ ਕੋਈ ਨਾ ਲਾਲਾ ਜੀ ਇਸ ਵਾਰੀ ਦੇ ਦਾਂਗੇ ਆ ਫਸਲ ਵੱਢ ਲਈਏ। ਚਲ ਭਾਈ ਹੁਣ ਬਹੁਤ ਟਾਈਮ ਹੋ ਗਿਆ ਹੁਣ ਤਾਂ ਮੇਰੇ ਪੈਸੇ ਦੋ ਦੇਖ ਛੱਡਦਾ ਨਹੀਂ ਬਹੁਤ ਬਹੁਤ ਔਖਾ ਹੋ ਲਿਆ ਮੈਂ ਲੈ ਦੇ ਨਾਲੇ ਕੱਪੜੇ ਪਾਣ ਲੱਗ ਲੈ ਨਹੀਂ ਮੇਰੇ ਭਾਈ ਅੱਜ ਪੈਸੇ ਦੇ ਜਿਵੇਂ ਮਰਜ਼ੀ ਦੇ। ਲਾਲਾ ਜੀ ਤੁਸੀਂ ਵੀ ਹੱਦ ਕਰਦੇ ਹੋ ਨਾ ਮੈਂ ਹੁਣ ਇਸੇ ਟਾਈਮ ਕਿੱਥੇ ਦੇ ਦਵਾਂ ਤੁਹਾਨੂੰ ਪੈਸੇ ਮੇਰੇ ਕੋਲੇ ਕੀ ਆ ਦੇਣ ਨੂੰ। ਦੇਣ ਨੂੰ ਭਜਾਈ ਤੇਰੇ ਕੋਲੇ ਬਹੁਤ ਕੁਛ ਹੈ। ਨਾ ਲਾਲਾ ਜੀ ਕੀ ਬੋਲੀ ਜਾਂਦੇ ਹੋ। ਓਹੋ ਤੇ ਤਾਂ ਉਹੀ ਗੱਲ ਹੋਈ ਜਾਂਦੀ ਹੈ ਗਲਤ ਮਤ ਨਾ ਕੱਢ ਮੈਂ ਤਾਂ ਇਹ ਕਹਿੰਦਾ ਦੋ ਤਾਂ ਮੈਂ ਛਾਂ ਕਰੀਏ ਸ਼ੁਕ ਨਾਲ 2-3 ਕਿੱਲੇ ਜ਼ਮੀਨ ਦੇ ਨੇ ਜੇ ਤਾਂ 10 ਕਿੱਲੇ ਵੇਚ ਕੇ ਲੋਕਾਂ ਦੇ ਪੈਸੇ ਤਾਲਦੇ ਭਜਾਈ ਗੇਲੇ ਮਾਲ ਦੇ ਕਲੇ ਬੁਰੇ ਲੱਗਦੇ ਨੇ। ਨਾ ਮੈਨੂੰ ਬੋਲੀ ਨਾ ਸਮਝ ਲਾਲਾ ਤੂੰ ਮੈਂ ਸਭ ਸਮਝਦੀ ਆ ਮੇਰੀ ਗੱਲ ਸੁਣ ਲੈ ਜਿਹੜੇ ਮੇਰੇ ਫੱਬੇ ਪੱਤੇ ਵਾਲੇ ਪੈਸੇ ਨੇ ਤੇਰੀ ਦੁਕਾਨ ਤੇ ਪਹੁੰਚਦੇ ਹੋ ਜਾਣਗੇ ਅੱਜ ਤਾਂ ਮੇਰੇ ਘਰੇ ਵੜ ਗਿਆ ਮੁੜ ਕੇ ਨਾ ਵੜਜੀ ਉਹ ਖੁੱਲਾ ਗੇਟ ਜਿਹੜੇ ਤੇਰੀ ਆਇਆ ਸੀ ਉਹਨੇ ਕਹਿਣੀ ਮੁੜ ਜਾ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਜੇ ਜਲੂਸ ਕੱਢੀ ਹੋ ਗਈ ਭਜਾਈ ਮੈਂ ਕੁਝ ਨਹੀਂ ਕਿਹਾ ਜੇ ਤੁਰ ਜਾ ਤੁਰ ਜਾ। ਲੈ ਬਗ ਜਾ ਲੈ ਪੈਸੇ ਮੰਗਣ ਆ ਗਈ ਤਾਂ ਗਾਲਾਂ ਦੇਣੀ ਲੱਗੇ ਜਾ ਲਾਲਾ ਤੁਰ ਜਾ ਮੈਂ ਸਭ ਸਮਝਦੀ ਆ ਤੇਰੀਆਂ ਚਲਾਕੀਆਂ ਨੂੰ ਕਿੱਥੇ ਨੀਚਾ ਜਾ ਬੋਲਦਾ ਟੀਵੀਆਂ ਦੇ ਚੱਲੇ ਉੱਥੇ ਹੀ ਕੁਝ ਹੁੰਦਾ ਹੋਵੇ ਨਾ ਠਰਕੀ ਕਿਸੇ ਥਾਂ ਦਾ ਇਹਨੂੰ ਐ ਆ ਵੀ ਇਹਨੂੰ ਕਿਹੜਾ ਕੁਝ ਸਮਝ ਲੱਗਦੀ ਆ ਸਭ ਸਮਝਦੀ ਆ ਮੈਂ ਇਹਦੇ ਪੈਸਿਆਂ ਦਾ ਹਿੱਲਾ ਕਰਕੇ ਤਾਂ ਮੈਂ ਮੂੰਹ ਤੇ ਮਾਰ ਕੇ ਆਉਂ ਇਹਦੀ ਦੁਕਾਨ ਤੇ ਜਾ ਕੇ ਜਿਹੜਾ ਮੁੜ ਕੇ ਮੇਰੇ ਘਰੇ ਪੈਰ ਨਾ ਪਾ ਜਵੇ। ਲੈ ਕਾਮ ਕੋਈ ਗੱਲ ਪੈ ਗਈ ਮੈਂ ਤਾਂ ਕਿਹਾ ਸੀ ਵੀ ਤੂੰ ਮੈਚ ਵੇਚ ਲੈ ਦੇ 10 ਕਿੱਲੇ ਵੇਚ ਲੈ
ਕੰਜਰ ਦੇਖ ਲਾ ਕਿਵੇਂ ਹਿੱਲਦਾ ਹੁੰਦਾ ਗਾ, ਜਿਵੇਂ ਕਰੰਟ ਲਾਇਆ ਹੁੰਦਾ। ਰੁੜ ਜਾਣ ਇਹਨੂੰ ਵੇਚ ਕੇ ਕਣਕ ਦਾ ਥੈਲਾ, ਆਹੀ ਅੱਗ ਸਵਾਹ ਝੋਸੀ ਆ। ਜੇ ਮੈਂ ਨਾ ਆਉਂਦੀ ਉਹ ਤਾਂ ਵਿਚਾਰੀਆਂ ਭੁੱਖੀਆਂ ਮਰ ਜਾਂਦੀਆਂ ਬੇਜਬਾਨ। ਮੇਰੀ ਭੈਣ ਕਹਿੰਦੀ ਸੀ ਅਜੇ ਰਾਤ ਰਹਿ ਜਾ, ਭਾਂਡੇ ਤਾਂ ਬਾਅਦ ਚ ਹੀ ਮੰਗੂ, ਪਹਿਲਾਂ ਇਹਦੀ ਹੀ ਲੈਣੀ ਆ ਖਬਰ। रोटी ते केड़ी खबांगे छत्रा नले जाता आई पे जांदा। ए ए ले देख ला बोतल नी छटी, मां दे पुत ने सारी रात इनू जफ्फी पा के पिया रहा गा। जे तू बंदिया वांगू रहे ना नशा पत्ता करे, मैं तेनू जमे ही कुछ ना कहा। मेरा भी जी करदा कदे तेनू आपदिया भैणा दे कदे पेकियां दे नाल लेके जावां है, जिवें ओह लेके आउंदियां ने गियां। मैं तो तेन हजे भी समझाउंदी आ, छड़ दे नसिया कुछ नहीं रखे इन्हां च। ए तू तां पकाई मारदी है, तेनू पता ना दत्ता कम्मां बारे। अच्छा मैं पकाई मार, जदों मर गया ना तेनू कुत्तिआं ने भी नहीं खाणा देख ली। तेनू पता सदा चंगा मिंदी दी फड़ाए तेरे नू। ए आई 200 रुपए दे दे चल। मेरी गल सुन ला, जे तू नहीं बंदा बनना ना मैं तो तेनू 1 रुपया नहीं देना कदे। जिन्ने मर्जी धक्के खा, 200 रुपए दे दे तू। दो तेनू समझाउंदा कोई फायदा नहीं, पत्थर ना सिर मारांगे आपदा ही सिर फुटू, तेरे ते कोई असर नहीं होना। पत्थर ना असर मारे पाट गए, मेरे कोल पैसे नहीं गए। जा दाते मंगाउणिया। होर की कहंदी थी तू, अगला 12 ही जगाड़ कर दे ने हड्ड जुड़ जाणगे तां लाएगी खोक जिहड़ी हैगी थी बोतल। पता नहीं कद पैडा छड्डू मेरी इह काई चलेगा। बरनाले बलिया ने 20 बोलिया, मूनक बलिया ने 50 पेटिया, गोलिया दी बलिया ने अमलिया दी बल्ले बल्ले। सारे बच्चे जे मैनू पहला पता होंदा ना मैं बच जाके 3-4 किलो दी ते करे आंदा, कुंडी जी लाए आंदा मैं। आओ तेरा बाप आ गया सिंह इंस्पेक्टर, पते नाल ही कुत्ते ने। पहला मैं 20 मैं कुटे, ओ 20 मैं ले आया सच्चा। हां चल किवें आए तू?
तेरे को एक काम या दिला दे जो जा तेरे जोर में दे दे पाई मैं क्या जिंदगी मेरी दवाई नहीं बकरी रात दी और मैं तो सच पुल गया तू मैं तो मैं दस कंचले जिला तो आजाद पिया लेके दिव्य बहुत अपने इसे निकलाना गाते होंगे ऐसे निपुण होते केला ताल देना छोटे मांगु तब दी पिंडी जी मेरे मांगल चप्पल लेके पैगी मैं जान बचा के पतिया तू मारा वो ना पाग ना अभी ले ले बाबू बुले ना खा ले चल लाला मार दिया देरी देना लोड वो पैसे तो लेना ही नहीं मैं तो तू बाग जाओ तो बस तू बंदन जी रखा देखना तब तेरे की ले बने ला पया के डेडे जगी भाई जगी भाई वे जगी वे हां भरावा कहना ਸੱਸੀ ਕਾ ਭਾਈ ਸੱਸੀ ਕਾ ਕੀ ਹਾਲ ਚਾਲ ਹੈ ਫਿਰ ਵਧੀਆ ਭਾਈ ਤੂੰ ਦੱਸ ਵਧੀਆ ਮੈਂ ਤਾਂ ਤੇ ਥਣੀ ਇੱਕ ਕੰਮ ਹੈ ਦੇਖ ਰਹੇ ਆ ਦੇਖ ਲੈ ਕਿਹੜਾ ਕੰਮ ਭਾਈ ਕੱਟਾ ਚਾਹੀਦਾ ਇੱਕ ਦੇ ਦੇ ਭਾਈ ਬਣ ਕੇ ਭਰਾਵਾ ਮੈਂ ਤਾਂ ਹੁਣ ਵੇਚਣ ਹੀ ਛੱਡਤਾ ਸਮਾਨ ਅੱਧਾ ਕਿਉਂ ਕਰਦਾ ਕਦੇ ਬਿੱਲੀਆਂ ਨੇ ਵੀ ਚੂਹੇ ਖਾਣੇ ਛੱਡੇ ਨੇ ਪੈਸੇ ਲੈਣੀ ਤੇਰੇ ਪੈਸੇ ਦਊਂਗਾ ਮੈਂ ਯਾਰ ਇਹ ਗੱਲ ਨਹੀਂ ਹੈਗੀ ਉਹ ਭਰਾਵਾ ਅੱਗੇ ਕਿਹੜਾ ਤੇਰੇ ਆ ਕਦੇ ਧਾਰ ਨਹੀਂ ਕੀਤੀ ਹੈਗੀ ਜਦੋਂ ਨੂੰ ਵੇਚਣਾ ਹੀ ਛੱਡਦਾ ਸਮਾਨ ਕਿਤੇ ਖਾਣਾ ਵੀ ਛੱਡ ਦੋ ਯਾਰ ਕਹਿ ਤੂੰ ਜਿਹੜਾ ਮਾਈ ਬਾਈ ਬਸ ਹੁਣ ਮੇਰੇ ਜਵਾਕ ਬਰੋਬਰ ਦੇ ਹੋ ਗਏ ਜੇ ਹੁਣ ਮੇਰੇ ਜਵਾਕਾਂ ਨੂੰ ਕੋਈ ਸਮਾਨ ਖਵਾਵੇ ਮੇਰਾ ਕੋਈ ਘਰ ਜਾੜੇ ਮੈਨੂੰ ਕਿੰਨਾ ਦੁੱਖ ਹੋਊਗਾ ਹੁਣ ਮੈਂ ਸਮਝ ਗਿਆ ਬਾਈ ਹੁਣ ਮੈਂ ਤੁਹਾਡਾ ਘਰ ਜਾੜਦਾ ਦੀ ਆ ਤੇਰੇ ਘਰ ਦੇ ਤਾਂ ਮੈਨੂੰ ਗਵਾ ਦਿੰਦੇ ਹੋਣੇ ਉਹ ਤਾਂ ਦੁਨੀਆ ਦੀ ਕੱਢਦੇ ਨੇ ਬਾਈ ਮੈਂ ਕੀ ਪਰ ਮੇਰਾ ਕੰਮ ਕਰਦੇ ਗਏ ਨਾ ਕਰਦੇ ਮਾਰਾ ਜਮੀ ਟੁੱਟੇ ਪਿਆ ਮੈਂ ਤਾਂ ਨਾ ਬਾਈ ਬਸ ਚੱਲ ਠੀਕ ਆ ਹੁਣ ਜਾ ਕਮਾਲ ਆ ਇਹ ਨਾ ਇਹ ਕਿਵੇਂ ਛੱਡ ਗਿਆ ਗੱਲ ਤੇਰੀ ਸਹੀ ਹੈ ਦੇਖ ਕੇ ਆਪਣੇ ਜਵਾਕ ਵੀ ਲੱਗ ਸਕਦੇ ਨੇ ਲੈ ਘਰ ਵਾਲੀ ਤੋਂ ਮਾਫੀ ਮੰਗਾ ਜਾ ਕੇ ਵੀ ਮੈਂ ਨਹੀਂ ਇੱਦੋਂ ਮੁੜ ਕੇ ਇਹੋ ਜਿਹਾ ਕੁੱਤਾ ਕੰਮ ਕਰਦਾ ਚਾਹੇ ਸਾਨੂੰ ਮਰ ਕਿਉਂ ਨਾ ਹੋਇਆ ਮੈਂ ਲਾਣੇਦਾਰ ਨਹੀਂ ਹੈ ਇਹ ਲਾਣੇਦਾਰ ਨਹੀਂ ਹੈ ਬਾਹਰ ਆ कमाल होगी अज तो बड़ा लानेदार नहीं करता एदा कदे मैनू पुठे पैरां वाली तो बिना नहीं बोलदा बे आउनी आउनी आ रुक जा साह ले ला आ जा ओरे बस मला गल करनी तेरे नाल बे हां दस तू आ कर ओ जेड़ी कल दारू दी बोतल लगी थी मैं थो लिया तू चखी जा भुन्नणा दीआं बखियां भर तू ए बाद च पाड़ी बखियां तू लिया तेन मैं दसू बस टूने बथेरे कर ले सुधर गया है मैं सुन किताब दी ਕੋੜੀ ਦਾ ਉਹ ਚੱਕੀ ਹੈ ਮੇਰੀ ਗੱਲ ਸੁਣ ਹੁਣ ਤਾਂ ਮੈਂ ਤੇਰੀ ਗੱਲ ਐਂ ਧਿਆਨ ਨਾਲ ਸੁਣੂਗੀ ਬੈਠ ਕੇ ਲੈ ਦੱਸ ਮੈਂ ਦੇਖ ਲਿਆ ਦੁਨੀਆਦਾਰੀ ਕੋਈ ਕਿਸੇ ਦਾ ਨਹੀਂ ਲੋਕ ਤਾਂ ਨਸ਼ਿਆਂ ਤੇ ਲਾਉਣ ਜੋਗਰੇ ਨੇ ਬਾਅਦ ਚ ਕੋਈ ਨਹੀਂ ਬਾਹ ਫੜਦਾ ਆਉਣ ਮਾਂ ਦੇ ਕੋਲ ਗਿਆ ਸੀ ਮੈਨੂੰ ਕਹਿੰਦੀ ਤੇਰੇ ਨਾਲ ਬੈਠ ਕੇ ਖਾਣਾ ਮੈਂ ਪੱਗ ਵੱਟ ਭਰਾ ਮੈਂ ਯਾਰ ਦੇ ਦੇ ਕਹਿੰਦਾ ਮੈਂ ਤਾਂ ਦੰਦੀ ਨਹੀਂ ਕਹਿੰਦਾ ਪੈਸੇ ਲੈ ਪੈਸੇ ਬਿਨਾਂ ਕੁਛ ਨਹੀਂ ਉਹ ਮੁੱਕਰ ਗਏ ਥੋਂ ਤੇ ਤੈਨੂੰ ਮੈਂ ਮੁੱਕਦੀ ਗੱਲ ਕਰਾਂ ਵੀ ਨਸ਼ਾ ਤਾਂ ਹੁਣ ਜ਼ਿੰਦਗੀ ਚ ਕਰਨਾ ਨਹੀਂ ਦੇਖ ਨਿੱਕੇ ਨਿੱਕੇ ਬੱਚਿਆਂ ਦੇ ਪਿਓ ਮਰ ਗਏ ਹੁਣ ਉਹ ਦੁਕਾਨਾਂ ਤੇ ਉੱਥੇ ਪਾਂਡੇ ਮਾਰਦੇ ਫਿਰਦੇ ਨੇ ਵਿਚਾਰੇ ਉਹ ਕੀ ਕਰਨਾ ਮੈਂ ਤਾਂ ਹੁਣ ਐ ਸੋਚ ਰਿਹਾ ਵੀ ਨਸ਼ਾ ਨਹੀਂ ਕਰਨਾ ਦੇਖ ਜਿਵੇਂ ਤੂੰ ਕਹੇਂਗੀ ਉਵੇਂ ਹੀ ਚੱਲੂ ਮੈਂ ਤਾਂ ਤੂੰ ਐ ਸਮਝ ਲੈ ਵੀ ਚਾਬੀ ਦਾ ਟੈਪੂ ਹੈ ਜੇ ਇੰਨੀ ਕੁ ਕਮਾਈ ਤਾਂ ਇੰਨਾ ਕੁ ਅੱਗੇ ਜਾਊਗਾ ਗਾਹ ਨਹੀਂ ਜਾਂਦਾ ਮੈਂ ਸ਼ੁਕਰ ਆ ਉਹ ਰੱਬ ਦਾ ਹੈ ਤੂੰ ਸੁਧਰ ਗਿਆ
ज्यादा मेरी गल सुन, ज्यादा नशा बेचने वाला सुधर लग रहा है, आपा खान वाले क्यों नहीं सुधर सकते? आता गल तू लाख रुपये दी कही आ, हैं लगता हरेक ही सकता पर छड़ना औखा हुंदा है चंद्रा नशा। लाता लान नू ता दुनिया जांदी है पर छड़ान वाला कोई नहीं आंदा। हुण ऐ देख ला भी कईयां दे सिर दीआं चुन्नीआं चिट्टीआं हो गईआं, कईयां दे जवाक रुलदे फिरदे ने, हैं मां बाप दा बड़ा पर उल जांदे ने गे, किन्ना कुछ करदा बंदा, आ नशिआं दे विच दी ऐ जमीना भी कढ दिंदे ने सारीआं। कल्ला सुणी ना जा ओए तूं भी भाई, किते लग ना जाई किसे मगर लग के देखा। मैं तैनूं सही गल कहना, उरे लाउण वाली दुनिया आंदी है, उरे नशे छड़ाउण वाला कोई नहीं आउंदा। ते तुसी भी सुधरो, ए वीडियो नूं देख के कुछ ना कुछ तां अमल करियो, जे वीडियो वधिया लगे तां इहनूं शेयर जरूर कर दिओ, नाल दी नाल कमेंट करके दस्सिओ वीडियो किवें दी लगी। साडी रिक्वेस्ट ही आ जिहड़े वीर भरा साडे बजुर्ग नशा करदे ने, ਉਹ ਪਲੀਜ਼ ਨਸ਼ਾ ਛੱਡ ਦੋ, ਆਪਣੇ ਘਰਾਂ ਬਾਰੇ ਸੋਚੋ, ਇਹ ਨਸ਼ੇ ਵਿੱਚ ਕੁਛ ਨਹੀਂ ਰੱਖਿਆ ਹੈਗਾ। ਨਾਲੇ ਵੀ ਮੇਰੀ ਉਹਨਾਂ ਬਾਈਆਂ ਨੂੰ ਬੇਨਤੀ ਹੈ ਜਿਹੜੇ ਨਵੇਂ ਮੁੰਡਿਆਂ ਨੂੰ ਨਸ਼ਿਆਂ ਤੇ ਲਾਉਂਦੇ ਨੇ, ਵੀ ਤੁਸੀਂ ਚੱਜ ਦਾ ਕੰਮ ਤਾਂ ਨਹੀਂ ਕਰ ਸਕਦੇ, ਮਾੜਾ ਵੀ ਨਾ ਕਰਿਆ ਕਰੋ। ਧੰਨਵਾਦ ਜੀ।